ਕੋਈ ਦਿੱਕਤ ਤਾਂ ਨਹੀਂ ਕਿਸੇ ਕਿਸਮ ਨਹੀਂ ਜੀ, ਕੋਈ ਦਿੱਕਤ ਨਹੀਂ ਆਈ ਜੀ। ਕੋਈ ਲਿਖਣ ਵੇਲੇ ਰਜਿਸਟਰੀ ਲਿਖਣ ਵੇਲੇ ਬਾਹਰ ਜਾ ਕੋਈ ਨਹੀਂ ਜੀ, ਕੋਈ ਦਿੱਕਤ ਨਹੀਂ ਆਈ ਜੀ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਕੋਈ ਵੱਧ ਕੋਈ ਪੈਸਾ ਕੋਈ ਨਹੀਂ, ਕੋਈ ਵੱਧ ਪੈਸਾ ਨਹੀਂ ਕਿਸੇ ਨੇ, ਕੋਈ ਮੰਗਦਾ ਨਹੀਂ, ਜਿੰਨੀ ਫੀਸ ਬਣਦੀ ਹੈ ਉਨੀ। ਹਾਂਜੀ ਹਾਂਜੀ, ਉਨੀ ਫੀਸ ਲਈ ਹੈ, ਉਨੀ ਫੀਸ ਕਰਕੇ। ਹਾਂਜੀ ਬਿਲਕੁਲ, ਕਿਸੇ ਸਕੂਲ 'ਚ, ਕਿਸੇ ਕਚਹਿਰੀ 'ਚ, ਕਿਤੇ ਕੋਈ ਸਰਕਾਰੀ ਹੋਰ ਦਫ਼ਤਰ 'ਚ, ਹਸਪਤਾਲ 'ਚ ਮੈਂ ਵੀ ਰੁਕ ਜਾਂਦਾ। ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਰਟ ਦੇ ਵਿੱਚ ਰੁਕੇ ਹਾਂ, ਤੁਸੀਂ ਸਾਰਾ ਆਪਣੇ ਕੈਮਰਿਆਂ 'ਚ ਕੈਦ ਕੀਤਾ, ਅਤੇ ਡੀ ਐੱਸ ਪੀ ਔਫਿਸ ਦੀਆਂ ਦਿੱਕਤਾਂ ਵੱਲ ਲੋਕ ਮਿਲੇ, ਕਈਆਂ ਦੀਆਂ ਰਜਿਸਟਰੀਆਂ ਹੋ ਗਈਆਂ, ਕਈਆਂ ਦੀਆਂ ਹਜੇ ਵੇਟਿੰਗ 'ਚ ਨੇ। ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ 'ਚ ਜਾ ਕੇ ਦੋ ਤਿੰਨ ਰਜਿਸਟਰੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ, ਅਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼, ਅਤੇ 35 ਤੋਂ 40 ਅਸੀਂ ਰਜਿਸਟਰੀਆਂ ਕਰਕੇ ਜਾਂਦੇ ਹਾਂ। ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ, ਕਿ ਹੁਣ ਆਉਂਦੇ ਹਾਂ ਔਰ ਆ ਕੇ ਕੋਈ ਵੀ ਅਫਸਰ ਕੁਰਸੀ 'ਤੇ ਐਂ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ, ਉਹ ਹੁੰਦਾ ਕੰਮ ਹੋਣ ਵਾਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ, ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਮੰਗਾ ਲੈਂਦੇ ਨੇ। ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ, ਲੋਕਾਂ ਦੇ ਵਿਊਜ਼, ਕੁਛ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ। ਸੋ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ, ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ, ਔਨਲਾਈਨ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਓ ਨਹੀਂ ਕਰਦਾ। ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ, ਅਤੇ ਅੱਧੇ ਘੰਟੇ ਦੇ ਵਿੱਚ ਵਿੱਚ ਰਜਿਸਟਰੀ ਹੋ ਕੇ ਉਹਨੂੰ ਪ੍ਰਿੰਟ ਉਹਦਾ ਮਿਲ ਜਾਂਦਾ, ਤੁਸੀਂ ਤੁਹਾਨੂੰ ਦੱਸਿਆ। ਅਤੇ ਲੋਕ ਨਹੀਂ, ਕਿਸੇ ਨੇ ਕੁਛ ਕਹਿੰਦੇ, ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ, ਮੈਂ ਤਾਂ ਅਚਾਨਕ ਆਇਆ ਤਾਂ ਪਤਾ ਵੀ ਨਹੀਂ ਸੀ। ਦੇਖੋ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ, ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ, ਪਹਿਲੀ ਗੱਲ ਤਾਂ ਇਹ ਹੈ, ਠੀਕ ਹੈ ਨਾ। ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਇੱਥੇ ਤਾਂ ਤਹਿਸੀਲਦਾਰ ਨਹੀਂ ਆਉਂਦੇ ਸੀ, ਇੱਥੇ ਅਫਸਰ ਨਹੀਂ ਆਉਂਦੇ ਸੀ। ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ, ਅਤੇ ਮੇਰਾ ਅਚਾਨਕ ਆਉਣ ਦਾ ਵੀ ਮੈਂ ਕੋਈ ਇਹਨੂੰ ਆਪਾਂ ਰੇਡ ਨਾ ਕਹੋ, ਇਹਨੂੰ ਇਹ ਕਰ ਲਓ ਵੀ ਮੈਂ ਸਮੱਸਿਆਵਾਂ ਸੁਣਨ ਆਇਆ। ਮੈਂ ਅਧਿਕਾਰੀਆਂ ਦੀਆਂ ਵੀ ਸਮੱਸਿਆਵਾਂ ਸੁਣੀਆਂ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ, ਕੋਈ ਦਿੱਕਤ ਤਾਂ ਨਹੀਂ ਆ ਰਹੀ, ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ, ਫੋਟੋ ਹੁੰਦੀ ਹੈ ਜਿਹੜੀ ਰਿਸ਼ਤੀ ਵੇਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ। ਸੋ ਇਹਨੂੰ ਇੱਕ ਸਮਝ ਲਓ ਵੀ, ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ, ਵਾਹ ਉਹ ਦੇਖੋ ਜਿਹਾ ਹੋ ਗਿਆ। ਅਸੀਂ ਤਾਂ ਹੁਣ ਸੱਤਾ 'ਚ, ਅਸੀਂ ਤਾਂ ਇਹ ਪੁੱਛਣਾ ਕਿ ਹੁਣ ਕਰੀਏ ਕੀ, ਅੱਗੇ ਹੋਰ ਬੈਟਰ ਕਿਵੇਂ ਕਰੀਏ। ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ। ਜ਼ਿਆਦਾਤਰ ਸਮੱਸਿਆਵਾਂ ਕੀ ਕੁਛ ਲੋਕਾਂ ਦੇ? ਦੇਖੋ ਕੁਛ ਪੁਲਿਸ ਦੇ ਕੇਸ ਸੀਗੇ, ਉਹ ਕਹਿੰਦੇ ਕੁਛ ਕਹਿੰਦੇ ਹੋ ਗਏ, ਕੁਛ ਅਜੇ ਲਾਈਨ 'ਚ ਬੈਠੇ ਆ, ਡੀ ਐੱਸ ਪੀ ਮੌਜੂਦ ਨੇ, ਅਤੇ ਬਾਕੀ ਰਜਿਸਟਰੀਆਂ ਸੀਗੀਆਂ, ਬਾਕੀ ਕਿਸੇ ਦਾ ਕੋਈ ਪ੍ਰਮਾਣ ਪੱਤਰ ਦਾ ਕੋਈ ਕੰਮ। ਵੈਸੇ ਤਾਂ ਕੋਸ਼ਿਸ਼ ਸਾਡੀ ਇਹ ਹੋਊਗੀ ਆਉਣ ਵਾਲੇ ਦਿਨਾਂ 'ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ 'ਚ ਆਉਣਾ ਪਵੇ, ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ 'ਚ ਜਾ ਕੇ ਅਫਸਰ ਕਰ ਦੇਣ, ਜਿਵੇਂ ਔਨਲਾਈਨ ਕਰ ਦੇਣ, ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ, ਡੋਰ ਟੂ ਡੋਰ ਸਰਵਿਸ ਕਹਿੰਦੇ। ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਇਆ, ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਛ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ, ਠੀਕ ਵੀ ਕਰ ਲੈਂਦੇ ਆ, ਪਰ ਅਚਾਨਕ ਲੋਕਾਂ ਨੂੰ ਮਿਲਿਆ, ਅਚਾਨਕ ਅਫਸਰ ਨੂੰ ਮਿਲਿਆ, ਤੇ ਕੰਮ ਦੇਖ ਕੇ ਮੈਨੂੰ ਚੰਗਾ ਲੱਗਿਆ। ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ, ਜਿਹੜੇ ਕਚਹਿਰੀਆਂ 'ਚ ਵੀ ਨੇ, ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ, ਜਾਂ ਨਰਸਾਂ ਨੇ, ਜਾਂ ਸਫਾਈ ਸੇਵਕ ਨੇ, ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ 'ਤੇ ਹੋ, ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ। ਔਰ ਇੱਕ ਗੱਲ ਹੋਰ ਵੀ ਦੱਸ ਦੇਣਾ, ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ 'ਚ ਆ ਜਾਵਾਂ,
ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ, ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ, ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ। ਹਾਂ, NOC ਦਾ ਦੇਖੋ, NOC ਦੀ ਕਾਫ਼ੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਬੀਜੇ ਹੋਏ ਆ ਅਸੀਂ ਚੁਗ ਰਹੇ ਹਾਂ, ਆਉਣ ਵਾਲੇ ਦਿਨਾਂ 'ਚ ਤੁਹਾਨੂੰ NOC ਵਾਲਾ ਜਿਹੜਾ ਮਸਲਾ ਉਹਨੂੰ ਹੱਲ ਕਰਕੇ। ਨਹੀਂ ਦੇਖੋ, ਦੇਖੋ ਕੋਈ ਵੀ ਚੀਜ਼, ਦੇਖੋ 75 ਸਾਲ ਪੁਰਾਣੀ ਬਿਮਾਰੀ ਹੈ ਇਹ, ਠੀਕ ਹੈ ਨਾ, ਘੱਟ ਗਈ। ਮੈਂ ਆਪ ਕਹਿੰਦਾ ਆਪਣੇ ਸਪੀਚ 'ਚ ਕਿ ਇਹਦਾ ਮਤਲਬ ਇਹ ਨਹੀਂ ਹੈ ਬੰਦ, ਕਿਸੇ ਨਾ ਕਿਸੇ ਪੱਧਰ 'ਤੇ ਕੋਈ ਨਾ ਕੋਈ ਅਫਸਰ ਖੂਨ 'ਚ ਹੁੰਦੇ ਨੇ ਜੀਨਸ, ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਪਟ ਅਫਸਰ ਜਾਂ ਕੋਈ ਅਧਿਕਾਰੀ ਨੇ, ਪਰ ਇੰਨਾ ਕਹਿ ਵੀ ਲੋਕਾਂ ਨੂੰ ਸੁੱਖ ਦੱਸਾਂ, ਇਹ ਆ ਗਿਆ। ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ, ਕਹਿੰਦਾ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ, ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ, ਤੁਸੀਂ ਤੁਹਾਡੇ ਫੋਨ ਨੰਬਰ 'ਤੇ ਅਸੀਂ ਦੱਸ ਦਾਂਗੇ, ਅਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ, ਨੌਕਰੀ ਜਾਓ। ਹਾਂ, ਅਭੀ ਅਭੀ ਸ਼ੁਰੂ ਕੀਆ ਨਹੀਂ, ਅਭੀ ਅਭੀ ਉਸਕੇ ਲਈ ਕੰਮ ਚੱਲ ਰਿਹਾ ਹੈ ਪੂਰਾ। ਹਾਂ, ਅਤੇ DC ਆਫਿਸ 'ਚ ਹੋਊਗੀ, ਉੱਥੇ ਲੋਕ ਆਉਣਗੇ ਜਿਨ੍ਹਾਂ ਦੇ DC ਲੈਵਲ ਦੇ ਕੰਮ ਨੇ ਉੱਥੇ ਹੋ ਜਾਣਗੇ, ਜਿਹੜੇ ਡਿਪਾਰਟਮੈਂਟ ਲੈਵਲ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ, ਅਤੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜੇ ਕਾਗਜ਼ ਵੱਧ ਘੱਟ ਹੋਈ ਤਾਂ ਲੈ ਲਾਂਗੇ।